ਹੁਣ ਕਿਉਂਕਿ ਜੱਜਸ ਨੇ ਆਪਣੇ ਨੰਬਰ ਮਿਲਾਉਣੇ ਨੇ, ਫੈਸਲਾ ਕਰਨਾ ਹੈ। ਤੁਸੀਂ ਰੈਡੀ ਹੋ? ਆਲ ਰੈਡੀ? ਵਾਓ, ਇਹਨੂੰ ਬਹੁਤ ਐਫੀਸ਼ੈਂਟ ਨੇ ਜੀ ਜੱਜਸ। ਉਹ ਕਹਿੰਦੇ ਨੇ ਸਾਡਾ ਫੈਸਲਾ ਤਿਆਰ ਹੈ। ਮਿਸਟਰ ਜਸਮੇਰ ਟਾਟ, ਮੈਂ ਤੁਹਾਨੂੰ ਵੀ ਆਵਾਜ਼ ਦਿੰਦੀ ਹਾਂ, ਅਤੇ ਸੁਖੀ ਨਜ਼ਰ ਭਾਅ ਜੀ ਤੁਸੀਂ ਵੀ ਸਟੇਜ 'ਤੇ ਆ ਜਾਓ, ਕਿਉਂਕਿ ਫੈਸਲਾ ਬਿਲਕੁਲ ਤਿਆਰ ਕਹਿ ਰਹੇ ਨੇ। ਸੋ ਇਸ ਕਰਕੇ ਆਪਾਂ ਉਹਨਾਂ ਦੇ ਮੂੰਹੋਂ ਹੀ ਸੁਣ ਲੈਂਦੇ ਹਾਂ ਕਿ ਕਿਹੜੀ ਕੁੜੀ ਜੇਤੂ ਹੈ ਅਤੇ ਕਿਹੜੀ ਕਿਸੇ ਹੋਰ ਮੁਕਾਬਲੇ ਦੇ ਵਿੱਚ ਜੇਤੂ ਹੈ, ਕਿਉਂਕਿ ਕਾਫੀ ਚੀਜ਼ਾਂ ਜੱਜਸ ਨੇ ਨੋਟ ਕੀਤੀਆਂ ਹੋਣੀਆਂ ਨੇ। ਮੈਂ ਦੇਖਿਆ ਬਰਾੜ ਸਾਹਿਬ ਹੁਣ ਪਾਣੀ ਪੀਣ ਲੱਗੇ ਨੇ, ਉਦੋਂ ਦੇ ਪਤਾ ਲੱਗਦਾ ਜੀ ਬਹੁਤ ਔਖਾ ਕੰਮ ਸੀ, ਮਿਹਨਤ ਵਾਲਾ ਕੰਮ ਸੀ। ਥੈਂਕ ਯੂ ਤੁਹਾਡਾ। ਜੱਜਸ ਨੂੰ ਵੀ ਬੇਨਤੀ ਹੈ ਕਿ ਤੁਸੀਂ ਪਲੀਜ਼ ਸਟੇਜ 'ਤੇ ਆ ਜਾਓ, ਤੁਸੀਂ ਇੰਨੇ ਚਿਰ ਦੇ ਇਹ ਪ੍ਰੋਗਰਾਮ ਦੇਖ ਰਹੇ ਹੋ, ਅਤੇ ਜੇ ਤੁਹਾਡੇ ਮੂੰਹ ਹੀ ਗੱਲ ਸੁਣ ਲਈ ਹੈ ਤਾਂ ਜ਼ਿਆਦਾ ਬਿਹਤਰ ਹੈ। ਫਾਈਨਲ ਮੁਕਾਬਲਾ ਜਿਹੜਾ ਮਿਸ ਕੈਨੇਡਾ ਪੰਜਾਬਣ ਦਾ ਅੱਜ ਹੋ ਹਟਿਆ, ਚਾਰੇ ਦੇ ਚਾਰੇ ਰਾਊਂਡ ਸਕਸੈਸਫੁਲੀ ਸਮਾਪਤ ਹੋ ਗਏ ਨੇ। ਜੱਜਸ ਦਾ ਫੈਸਲਾ ਬਿਲਕੁਲ ਤਿਆਰ ਹੈ। ਕੁੜੀਆਂ ਬੈਕ ਸਟੇਜ ਸਾਰ ਰੋਕ ਕੇ ਖੜੀਆਂ ਨੇ ਕਿ ਹੁਣ ਕਿਹਦੀ ਵਾਰੀ ਆਵੇਗੀ। ਆਓ ਹੁਣ ਉਸ ਫੈਸਲੇ ਦੇ ਅੰਜਾਮ ਨੂੰ ਸੁਣਦੇ ਹਾਂ, ਉਸ ਮੁਕਾਬਲੇ ਦੇ ਅੰਜਾਮ ਨੂੰ। ਬਹੁਤ ਹੀ ਔਖਾ ਕੰਮ ਸੀ ਅੱਜ ਦੀ ਜੱਜਮੈਂਟ ਕਰਨ ਦਾ, ਔਰ ਮੈਂ ਮਾਣ ਨਾਲ ਕਹਿ ਸਕਦਾ ਕਿ ਜਿਸ ਖੂਬਸੂਰਤੀ ਨਾਲ, ਜਿਸ ਪਿਆਰ ਨਾਲ, ਜਿਸ ਲਗਨ ਨਾਲ ਇਹਨਾਂ ਮੁਟਿਆਰਾਂ ਨੇ ਇਸ ਮੁਕਾਬਲੇ ਦੇ ਵਿੱਚ ਰਿਹਰਸਲਜ਼ ਕੀਤੀਆਂ, ਹਿੱਸਾ ਲਿਆ ਔਰ ਆਪਸ ਵਿੱਚ ਪਿਆਰ ਦੇ ਨਰੀ ਆ, ਉਹ ਇੱਕ ਮਿਸਾਲ ਹੈ। ਔਰ ਇਹਨਾਂ ਨੇ ਜੋ ਆਪਣੇ ਪ੍ਰਤਿਭਾ ਦੇ ਜੌਹਰ ਸੋਲੋ ਡਾਂਸ ਰਾਹੀਂ, ਟੇਲੈਂਟ ਰਾਊਂਡ ਰਾਹੀਂ, ਹੈਰੀਟੇਜ ਰਾਊਂਡ ਰਾਹੀਂ ਇੱਥੇ ਵਿਖਾਏ ਨੇ, ਅਸੀਂ ਸਾਰੇ ਉਹਨਾਂ ਦੀ ਦਾਤ ਬਿਨਾਂ, ਦਿੱਤੇ ਬਿਨਾਂ ਨਹੀਂ ਰਹਿ ਸਕਦੇ। ਮੈਂ ਸੁੱਖੀ ਨਿੱਜਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਤੁਰੰਤ ਸਟੇਜ 'ਤੇ ਆਉਣ ਦੀ ਖੇਚਲ ਕਰਨ, ਔਰ ਮੈਂ ਸਭ ਤੋਂ ਪਹਿਲਾਂ ਮਾਈਕ ਫੜਾਵਾਂਗਾ ਛੋਟੇ ਵੀਰ ਗੁਰਸੇਵ ਕਮਾਨ ਜੀ ਨੂੰ। ਇਹਨਾਂ ਨੇ ਕਾਫੀ ਸਮਾਂ ਪਹਿਲਾਂ ਮਿਸ ਵਰਲਡ ਪੰਜਾਬਨ, ਜੋ ਸਾਡਾ ਇੰਡੀਆ 'ਚ ਹੁੰਦਾ, ਉਹਦੇ ਵਿੱਚ ਨਿਰਣਾਇਕ ਦੀ ਡਿਊਟੀ ਨਿਭਾਈ ਸੀ, ਔਰ ਮੇਰੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਲਈ ਦੋਵੇਂ ਮਾਣ ਭਰਾ ਜਿਨ੍ਹਾਂ ਨੇ ਪੰਜਾਬੀ ਵਿਰਸੇ ਨੂੰ, ਪੰਜਾਬੀ ਸੱਭਿਆਚਾਰ ਨੂੰ ਮੁੜ ਕੇ ਸੁਰਜੀਤ ਕੀਤਾ ਫਿਲਮਾਂ ਦੇ ਰਾਹੀਂ। ਔਰ ਇਹ ਵੀ ਮੇਰੇ ਲਈ ਮਾਣ ਦੀ ਗੱਲ ਹੈ ਕਿ ਸਾਡੀ ਜੇਤੂ ਮਿਸ ਵਰਲਡ ਪੰਜਾਬਨ ਜਪਜੀ ਖਹਿਰਾ ਨੇ ਪਹਿਲੀ ਵਾਰ ਜੋ ਮਿੱਟੀ ਵਾਜਾਂ ਮਾਰ ਦੀ ਫਿਲਮ ਬਣਾਈ ਸੀ, ਉਹ ਹਰਭਜਨ ਮਾਨ ਜੀ ਦੇ ਨਾਲ ਬਤੌਰ ਹੀਰੋਇਨ ਆਈ ਸੀ, ਔਰ ਅੱਜ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਆ ਰਹੀ ਹੈ। ਸੋ ਮੈਂ ਮਹਿਕ ਦੇ ਨਾਲ ਗੁਰਸੇਵ ਜੀ ਨੂੰ ਇਹ ਆਪਣੇ ਵਿਚਾਰ ਵੀ ਸਾਂਝੇ ਕਰਨਗੇ, ਔਰ ਮੈਂ ਇਹ ਵੀ ਕਹਾਂਗਾ ਕੁਝ ਨਾ ਕੁਝ ਇਹ ਦੋ ਲੈਣਾ ਸਾਨੂੰ ਗਾ ਕੇ ਵੀ ਜ਼ਰੂਰ ਸੁਣਾਉਣ। ਗੁਰਸੇਵ ਜੀ, ਮੈਨੂੰ ਲੱਗਦਾ ਵਿਚਾਰ ਤਾਂ ਕਾਫੀ ਸਾਂਝੇ ਹੋ ਗਏ ਸੀ ਪਹਿਲਾਂ, ਪਰ ਹੁਣ ਮੈਂ ਜਾਂਦਾ ਜਾਂਦਾ ਛੋਟੀ ਜਿਹੀ ਹਾਜ਼ਰੀ ਜ਼ਰੂਰ ਲਵਾ ਜਾਂਦਾ ਵੀ ਪੰਜਾਬੀ ਦੁਨੀਆ ਭਰ ਜਿੱਥੇ ਵੀ ਗਏ ਆ ਵੱਟ ਕੱਢਦੇ ਪੰਜਾਬੀਆਂ ਨੇ ਜਾ ਕੇ, ਉਹ ਜਿਹੜੇ ਮਰਜ਼ੀ ਫੀਲ 'ਚ ਹੋਣ। ਸੋ ਬੜੀ ਖੁਸ਼ੀ ਹੁੰਦੀ ਆ ਦੋਨਾਂ ਭਾਈਆਂ ਦੀ ਹਾਜ਼ਰੀ ਲਾਉਣ ਲੱਗਿਆ ਦੋ ਲਾਈਨਾਂ। ਹੋ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ, ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਤਿਉਂਦੇ ਨੇ, ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾ ਹਰਦਮ ਹੱਸਦੇ ਗਾਉਂਦੇ ਨੇ, ਜਿੱਦਾਂ ਟੈਕਣ ਫੁੱਲ ਗੁਲਾਬੀ ਨਾਲੇ ਰੱਖਦੇ ਟੋਰਨ ਬਾਬੀ, ਯਾਰੋ ਦਿਲ ਆਪਣਾ ਪੰਜਾਬੀ ਅਣਖ ਨਾਲ ਜਿਉਂਦੇ ਨੇ, ਅਣਖ ਨਾਲ ਜਿਉਂਦੇ ਨੇ। ਇੱਕ ਵਾਰੀ ਫਿਰ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮੁਬਾਰਕਾਂ ਢੱਟ ਸਾਹਿਬ ਨੂੰ, ਸੁੱਖੀ ਨਿੱਜਰ ਸਾਹਿਬ ਨੂੰ, ਔਰ ਟੋਰਾਂਟੋ ਦੇ ਤਮਾਮ ਮੀਡੀਆ। ਲਓ ਜੀ, ਥੈਂਕ ਯੂ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਬੜੇ ਲੰਬੇ ਅਰਸੇ ਤੋਂ ਸਾਡਾ ਪਰਿਵਾਰ ਹੈ ਜੀ, ਔਰ ਹਮੇਸ਼ਾ ਹੀ ਰਹਿਣਾ ਜਿੰਨੇ ਚਿਰ ਸਾਹ ਆਉਂਦੇ ਰਹਿਣਗੇ। ਔਰ ਰਿਜ਼ਲਟ ਤਿਆਰ ਆ, ਰਿਜ਼ਲਟ ਤੁਸੀਂ ਖੁਦ ਦੇਖੇ ਆ ਜੀ ਅੱਖਾਂ ਦੇ ਮੋਹਰੇ। ਜੱਜ ਸਾਹਿਬਾਨਾਂ ਨੇ ਵੀ ਆਪਣੇ ਵੱਲੋਂ ਪੂਰਾ ਦਿਮਾਗ ਲਾਇਆ, ਬਹੁਤ ਕੰਪੀਟੀਸ਼ਨ ਇਹਨਾਂ ਲਈ ਸੀ ਆਪਸ 'ਚ, ਪਰ ਸਭ ਤੋਂ ਜ਼ਿਆਦਾ ਤੁਹਾਨੂੰ ਮੈਨੂੰ ਲੱਗਦਾ ਪਤਾ ਹੋਣਾ
ਤੁਸੀਂ ਆਪ ਹੀ ਦੱਸਣਾ ਕਿ ਕੌਣ ਕਿੱਦਾਂ। ਅਤੇ ਮੈਂ ਰਮਨ ਜੀ ਇੱਕ ਬੇਨਤੀ ਕਰਾਂਗਾ, ਜੇ ਸਾਰੀਆਂ ਮੁਟਿਆਰਾਂ ਨੂੰ ਆਪਾਂ ਸਟੇਜ ਦੇ ਪਿੱਛੇ ਲੈ ਆਈਏ, ਸਾਰੀਆਂ ਲੜਕੀਆਂ ਨੂੰ ਮੈਂ ਬੇਨਤੀ ਕਰਾਂਗਾ ਜੀ ਆਓ, ਜੇ ਆਪਾਂ ਸਾਰੇ ਲਾਈਨ ਦੇ ਵਿੱਚ ਤੁਸੀਂ ਵੀ ਆ ਜਾਓ, ਅੱਗੇ ਅੱਗੇ ਆ ਜਾਈਏ, ਸਾਰੇ ਇਕੱਠੇ ਹੋ ਜਾਵਾਂਗੇ। ਅਤੇ ਇੱਕ ਮੈਂ ਬੇਨਤੀ ਕਰਾਂਗਾ ਜੀ ਗੁਰਸੇਵਕ ਭਾਅ ਜੀ, ਜਿੱਦਾਂ ਤੁਸੀਂ ਕਿੱਤੇ ਵਜੋਂ ਪਾਇਲਟ ਹੋ ਅਤੇ ਸਾਡੇ ਵੱਡੇ ਵੀਰ ਔਰ ਬੜੇ ਮਾਣ ਆ ਜੀ, ਕਿਉਂਕਿ ਇਹਨਾਂ ਮੁਲਕਾਂ 'ਚ ਆ ਕੇ ਅਸੀਂ ਏਡੇ ਏਡੇ ਅਹੁਦੇ ਲਏ ਆ, ਬੌਬੀ ਹੁੰਦਲ ਸਾਹਿਬ ਜਿਹੜੇ ਇੱਥੇ ਬਤੌਰ ਜੱਜ ਅਸਲੀ ਜੱਜ ਡਿਊਟੀ ਨਿਭਾਉਂਦੇ ਰਹੇ। ਭਾਅ ਜੀ ਮੈਂ ਬੇਨਤੀ ਕਰੂੰਗਾ 2 ਮਿੰਟ ਲਈ ਤੁਸੀਂ ਵੀ ਸਟੇਜ 'ਤੇ ਆਓ ਪਲੀਜ਼। ਇਹ ਕੈਨੇਡਾ ਦੇ ਵਿੱਚ ਸਾਡੇ ਪੰਜਾਬੀ ਜੱਜ ਆ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਇੱਕ ਵਾਰੀ ਸਾਰੇ ਸਾਡੇ ਕੈਮਰਾ ਕਰੂਜ਼ ਦਾ, ਜਿੰਨੇ ਵੀ ਸਾਡੇ ਇੱਥੇ ਕੰਮ ਕਰ ਰਹੇ ਨੇ, ਸਾਊਂਡ ਵਾਲਿਆਂ ਦਾ, ਮੀਡੀਆ ਦਾ ਔਰ ਮਿਰਾਜ ਬੈਂਕਟ ਹਾਲ ਦੀ ਪੂਰੀ ਮੈਨੇਜਮੈਂਟ ਦਾ। ਥੈਂਕ ਯੂ ਸੁਖੀ ਭਾਅ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਹੁਣ ਉਹ ਫੈਸਲੇ ਦੀ ਘੜੀ, ਬਹੁਤਾ ਟਾਈਮ ਨਹੀਂ ਲੈਣਾ, ਪਹਿਲਾ 9 ਪ੍ਰਾਈਜ਼ ਜਿਹੜੇ ਸਾਡੇ ਨੇ ਮੈਂ ਉਹਨਾਂ ਕੁੜੀਆਂ ਦੇ ਨਾਂ ਅਨਾਊਂਸ ਕਰਾਂਗੀ, ਇਹਨਾਂ ਨੂੰ ਅਸੀਂ ਸਰਟੀਫਿਕੇਟ ਦੇਵਾਂਗੇ। ਕੌਂਸਲੇਸ਼ਨ ਪ੍ਰਾਈਜ਼ ਸਭ ਤੋਂ ਪਹਿਲਾਂ ਜਾਏਗਾ ਹਰਲੀਨ ਬੱਬਰ। ਕੌਂਸਲੇਸ਼ਨ ਪ੍ਰਾਈਜ਼ ਹਰਲੀਨ ਬੱਬਰ, ਤੁਸੀਂ ਆਓ ਔਰ ਤੁਸੀਂ ਆਪਣਾ ਸਰਟੀਫਿਕੇਟ ਜਿਹੜਾ ਉਹ ਲੈ ਕੇ ਜਾਓ ਕਿ ਤੁਸੀਂ ਇਹੋ ਜਿਹੇ ਧੂੰਆਂਧਾਰ ਮੁਕਾਬਲੇ ਦੇ ਵਿੱਚ ਪਾਰਟੀਸਪੇਟ ਕੀਤਾ, ਹਿੱਸਾ ਲਿਆ, ਹਰੇਕ ਰੋਲ ਨੂੰ ਤੁਸੀਂ ਬੜੀ ਬਾਖੂਬੀ ਨਿਭਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾ ਕੌਂਸਲੇਸ਼ਨ ਪ੍ਰਾਈਜ਼ ਹਰਲੀਨ ਬੱਬਰ। ਮਨਜੀਤ ਮਾਹਲ ਸਾਡੇ ਵਿੱਚ ਨੇ, ਉਹ ਇਹਨਾਂ ਨੂੰ ਪ੍ਰਾਈਜ਼ ਦੇਣਗੇ। ਹਰਲੀਨ ਬੱਬਰ ਕੌਂਸਲੇਸ਼ਨ ਪ੍ਰਾਈਜ਼ ਵਿਨਰ, ਸਭ ਤੋਂ ਪਹਿਲੇ ਮਨਜੀਤ ਮਾਹਲ ਜੀ ਇਹਨਾਂ ਨੂੰ ਪ੍ਰਾਈਜ਼ ਦੇ ਰਹੇ ਨੇ। ਦੂਜਾ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ ਜੀ ਨਵਨੀਤ ਸਿੱਧੂ। ਨਵਨੀਤ ਸਿੱਧੂ ਨੂੰ ਦੂਜਾ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ। ਇਹਨਾਂ ਕੁੜੀਆਂ ਨੂੰ ਪੰਜਾਬਣ ਮੁਟਿਆਰ ਵਾਲੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਕੌਂਸਲੇਸ਼ਨ ਪ੍ਰਾਈਜ਼ ਨਵਨੀਤ ਸਿੱਧੂ ਨੂੰ ਜਾ ਰਿਹਾ ਜੀ। ਬੌਬੀ ਹੁੰਦਲ ਇਹਨਾਂ ਨੂੰ ਇਹ ਪ੍ਰਾਈਜ਼ ਜਿਹੜਾ ਪ੍ਰੈਜੈਂਟ ਕਰਨਗੇ। ਨਵਨੀਤ ਸਿੱਧੂ ਕੌਂਸਲੇਸ਼ਨ ਪ੍ਰਾਈਜ਼ ਬਾਏ ਬੌਬੀ ਹੁੰਦਲ। ਕੌਂਸਲੇਸ਼ਨ ਪ੍ਰਾਈਜ਼ ਨੰਬਰ 3 ਜਾ ਰਿਹਾ ਜੀ ਗੁਰਪ੍ਰੀਤ ਭੁੱਲਰ। ਗੁਰਪ੍ਰੀਤ ਭੁੱਲਰ, ਇਹਨਾਂ ਕੁੜੀਆਂ ਦੇ ਹੌਸਲਾ ਅਫਜ਼ਾਈ ਇੱਕ ਵਾਰੀ ਫੇਰ ਕਰੋ ਜੀ। ਕੌਂਸਲੇਸ਼ਨ ਪ੍ਰਾਈਜ਼ ਗੁਰਪ੍ਰੀਤ ਭੁੱਲਰ ਮੈਡਮ ਇੰਦਰਾ ਜੀ ਦੇਣਗੇ। ਮੈਡਮ ਮੈਡਮ ਮੈਨੂੰ ਲੱਗਦਾ ਥੱਕ ਗਏ ਜੱਜਮੈਂਟ ਕਰਦੇ ਕਰਦੇ। ਗੁਰਪ੍ਰੀਤ ਭੁੱਲਰ। ਚੌਥਾ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ ਸੰਦੀਪ ਢਿੱਲੋਂ। ਸੰਦੀਪ ਢਿੱਲੋਂ, ਰਾਣੀ ਧਾਲੀਵਾਲ ਇਹਨਾਂ ਨੂੰ ਪ੍ਰਾਈਜ਼ ਦੇਣਗੇ। ਰਾਣੀ ਧਾਲੀਵਾਲ ਪ੍ਰਾਈਜ਼ ਦੇਣਗੇ ਸੰਦੀਪ ਢਿੱਲੋਂ ਨੂੰ ਕੌਂਸਲੇਸ਼ਨ ਪ੍ਰਾਈਜ਼। ਅਗਲਾ ਕੌਂਸਲੇਸ਼ਨ ਪ੍ਰਾਈਜ਼ ਜਾਏਗਾ ਜੀ ਰੀਜ ਗਿੱਲ। ਰੀਜ ਗਿੱਲ, ਮੈਨੂੰ ਤੁਹਾਡਾ ਨਾਮ ਬਹੁਤ ਸੋਹਣਾ ਲੱਗਿਆ। ਰੀਜ ਗਿੱਲ ਕੌਂਸਲੇਸ਼ਨ ਪ੍ਰਾਈਜ਼ ਅਗਲਾ ਜਾ ਰਿਹਾ। ਨਾਸਿਰ ਸ਼ਾਹ ਜੀ ਰੀਜ ਗਿੱਲ ਨੂੰ ਕੌਂਸਲੇਸ਼ਨ ਪ੍ਰਾਈਜ਼ ਦੇਣਗੇ। ਰੀਜ ਗਿੱਲ ਤੋਂ ਬਾਅਦ ਅਗਲਾ ਕੌਂਸਲੇਸ਼ਨ ਪ੍ਰਾਈਜ਼ ਜਾਏਗਾ ਅਮਰਵੀਰ ਕੌਰ ਗਿੱਲ। ਅਮਰਵੀਰ ਗਿੱਲ, ਅੱਜ ਦੀ ਸ਼ਾਮ ਦਾ 6ਵਾਂ ਕੌਂਸਲੇਸ਼ਨ ਪ੍ਰਾਈਜ਼ ਅਮਰਵੀਰ ਗਿੱਲ ਨੂੰ ਜਾਏਗਾ। ਮਿਸਟਰ ਅਵਤਾਰ ਸਿੰਘ ਜੀ ਇਹਨਾਂ ਨੂੰ ਇਹ ਸਰਟੀਫਿਕੇਟ ਜਿਹੜਾ ਉਹ ਦੇਣਗੇ ਅਮਰਵੀਰ ਗਿੱਲ। 7ਵਾਂ ਕੌਂਸਲੇਸ਼ਨ ਪ੍ਰਾਈਜ਼ ਅੱਜ ਦੀ ਸ਼ਾਮ ਦਾ ਜਾਏਗਾ ਅਮਨਦੀਪ ਕੌਰ। ਅਮਨਦੀਪ ਕੌਰ, ਅਮਨਦੀਪ ਕੌਰ ਨੂੰ ਨੈਕਸਟ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ। ਮਿਸਿਸ ਆਲੂਵਾਲੀਆ, ਮਿਸਿਸ ਆਲੂਵਾਲੀਆ, ਰਵੀ ਨੂੰ ਮਿਸਿਸ ਆਲੂਵਾਲੀਆ ਕਹਿਣਾ ਬੜਾ ਭਾਰਾ ਭਾਰਾ ਲੱਗਦਾ। ਮਿਸਟਰ ਐਂਡ ਮਿਸਿਸ ਆਲੂਵਾਲੀਆ, ਅਮਨਦੀਪ ਕੌਰ। ਅਗਲਾ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ ਜੀ ਦੀਪਾਲੀ ਚਾਵਲਾ। ਦੀਪਾਲੀ ਚਾਵਲਾ, ਡਿੰਪਲ ਜੀ ਤੁਸੀਂ ਆ ਜਾਓ। ਦੀਪਾਲੀ ਚਾਵਲਾ ਕੌਂਸਲੇਸ਼ਨ ਪ੍ਰਾਈਜ਼ ਨੰਬਰ 8 ਟੂ ਦੀਪਾਲੀ ਚਾਵਲਾ। ਅਤੇ ਅੱਜ ਦੀ ਸ਼ਾਮ ਦਾ ਅਖੀਰਲਾ ਕੌਂਸਲੇਸ਼ਨ ਪ੍ਰਾਈਜ਼ ਜਾ ਰਿਹਾ ਮਨਜਿੰਦਰ ਸੋਹਲ। ਮਨਜਿੰਦਰ ਸੋਹਲ ਨੂੰ ਜਾ ਰਿਹਾ।
इंडिया टेस्ट तो बबली जी, इंडिया टेस्ट तो बबली जी कॉन्सोलेशन प्राइज दे रहे हैं मनजिंदर सोहल नू। बहुत बहुत धन्यवाद जी थोड़ा। हुण थोड़ा जिहा मुकाबला टफ हो जाना है। असी चार सब टाइटल्स देने ने। पहला सब टाइटल जाएगा गिद्धियां दी राणी, जिहड़ी कुड़ी ने सब तो सोहना गिद्धा पा के नच नच के धमालां पाईआं ने, उह है हरसिमरन धालीवाल। हरसिमरन धालीवाल, इस कुड़ी ने सब तो वधिया गिद्धा पाया और इन्हां नूं प्राइज देणगे जी पीज़ा डिपू तो। आओ भैन जी, पीज़ा डिपू के मालिका ने जी ये गिद्धियां दी राणी नूं प्राइज देणगे हरसिमरन धालीवाल नूं। ए हैरीटेज राउंड दे असी प्राइज दे रहे हैं। इस तो अगे सिमरनजीत कौर, इन्हां नूं प्राइज आएगा इंटैलीजेंट पंजाबण। इंटैलीजेंट पंजाबण दा प्राइज जिहड़ा उह सिमरनजीत कौर नूं जांदा है। जिहड़ा हैरीटेज राउंड होया सी गुरसेवक जी, इंटैलीजेंट पंजाबण, सब तो तिखे तेज दरार दिमाग वाली पंजाबण दा जिहड़ा प्राइज जांदा सिमरनजीत कौर नूं। एक साडा राउंड सी टैलेंट राउंड, सब तो वध टैलेंटेड पंजाबण, इहदी विजेता है मनवीर कौर। मनवीर कौर, मनवीर सब तो टैलेंटेड पंजाबण है। मनवीर कौर, मिसेज माहल इन्हां नूं प्राइज देणगे। मिसेज माहल, मनवीर कौर नूं टैलेंटेड पंजाबण, सब तो वधिया टैलेंट शो करन वास्ते टैलेंट राउंड दे विचों विजेता मनवीर कौर ने। हुण प्राइज जांदा है अगला बेस्ट फोक डांस। हुण कुड़ियों साह लैणे कर दो बंद। अर्शदीप, अर्शदीप साडी 2010 दी मिस वर्ल्ड पंजाबण है। मिस वर्ल्ड पंजाबण ते ड्रम रोल, अर्शदीप गोसल। एक कुड़ी है जी, साड़ी बच्ची आ, इसने साडा हौसला बनाया कि असी दोबारा दोबारा ये फंक्शन करवाइए। कैनेडा के जंपल बच्चों ने जाके इंडिया दे विच कैनेडा नूं जितया, ते आ मुटियारां दे विचों जिहड़ी अज जितनी है ना, मेरी बेनती है इन्नी मेहनत करियो आपां फिर कैनेडा चले आउणा दोबारा, ठीक है ना अर्श। और जिदन अर्श खुद विटनेस आ, गवाह साडे भैन जी इहनां दे मदर बैठे हुए आ, क्योंकि ये नहीं कि उदो गोसलों का दौर चलता सी, साडे बलजीत भाजी मिनिस्टर सीगे, उन्होंने सिफारिश नहीं सी कोई, अज आए भी नहीं, मैं सद्या सी, ते क्योंकि इन्नी मेहनत की, इन्ना इन्हें पढ़िया, इन्नी प्रैक्टिस की, ते जाके इंडिया दे विच जाके कैनेडा का झंडा गड्डिया, ते हुण तां आपां कैनेडा च ही करवाउणा आ, पर तुहानू मेहनत बहुत करनी पैनी है। जिन्हें भी जितना मैनू नहीं पता कि अज किने आउणा किने नहीं, ये अर्श अपने मूँह ही दसूगी कि किन्ना औखा कंपीटिशन है। हाँ जी, सारियां नूं मेरे वालों प्यार भरी सत श्री अकाल। पहला तो अज मैं बहुत खुश हाँ, अज पूरे 9 साल बाद मैं इस स्टेज से आई हाँ जिथे मैं मिस कैनेडा पंजाबन का खिताब जितया सी, ते मैं सभ्याचारक सत पंजाब ते वतनों दूर टीवी का धन्यवाद करना चाहनी हाँ, जेडे कि कुड़ियां नूं इन्ना वधिया मुकाम दिंदे ने। एंड गुड लक टू ऑल द कंटेस्टेंट्स। मैनूं याद है मैं वतनों दूर च इंटरव्यू करनी सी, ते अर्श उदों पंजाबी किदां दी बोलदी देखिया, यही आ प्लेटफॉर्म सिखाता। यही ढट साहब ने इन्ने सालों तो एक कोई चीज़ लैके आती सी, ये नहीं कि जरूरी जितना हारना नहीं, कोई एडा जरूरी बच्चियो लड़कियो, ये प्लेटफॉर्म पर आके तुहाडी जक खुलदी है, तुहानू पता लगना कि गांह जाके जिहड़ा परिवार तुसीं बसना तुहाडे नाल, उहनू किदां नाल जोड़ना, समाज का किदां सामना करना, जे स्टेज के उत्ते ऑडियंस का सामना कर सकते हो। सो प्लीज़ जोरदार ताड़ियां ना कुड़ियां दे लई। बेस्ट फोक डांस का अवार्ड जी रजनदीप संधू।
ਸਿੱਧੂ ਸਿੱਧੂ ਕਿਆ ਬਾਤ, ਕੁੜੀ ਨੇ ਬਹੁਤ ਹੀ ਮਤਲਬ ਹਵਾ ਦੇ ਵਿੱਚ, ਪ੍ਰਿੰਸੀਪਲ ਸਾਡੇ ਭਾਅ ਜੀ ਆਏ ਹੋਏ ਨੇ ਸਪੈਸ਼ਲ ਇੰਡੀਆ ਤੋਂ ਪਹੁੰਚੇ ਇੱਥੇ ਔਰ ਕਲਚਰ ਦੇ ਨਾਲ ਜੁੜੇ ਹੋਏ ਨੇ, ਅਸੀਂ ਇਹਨਾਂ ਨੂੰ ਵੈਲਕਮ ਕਰ ਰਹੇ। ਹੁਣ ਇਹਨਾਂ 15-16 ਲੜਕੀਆਂ ਦੇ ਵਿੱਚੋਂ ਸਮਾਂ ਆ ਗਿਆ ਹੁਣ ਤਿੰਨਾਂ ਨੂੰ, ਜਿਹੜੀਆਂ ਤੁਹਾਨੂੰ ਵੈਸੇ ਪਤਾ ਹੀ ਹੋਣਾ ਹੈ ਨਾ, ਅਸੀਂ ਤਾਂ ਭੱਜ ਨੱਠ 'ਚ ਹੀ ਰਹੇ ਹਾਂ। ਅਤੇ ਸੈਕਿੰਡ, ਪਹਿਲਾਂ ਸੈਕਿੰਡ ਰਨਰ ਅਪ ਨੂੰ ਸੱਦੀਏ, ਇੱਦਾਂ ਹੀ ਹੁੰਦਾ ਨਾ ਹਰਜੀਤ ਭਾਅ ਜੀ, ਤੁਸੀਂ ਅਖਬਾਰ 'ਚ ਬੜਾ ਲਿਖਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੋਣਾ, ਪਹਿਲਾਂ ਸੈਕਿੰਡ ਰਨਰ ਅਪ ਸੱਦਣਾ ਹੁੰਦਾ ਨਾ ਮੇਰੇ ਖਿਆਲ ਦੇ ਵਿੱਚ, ਕਿਉਂਕਿ ਮੈਂ ਸਪੋਰਟਸ ਵਾਲਾ ਹਾਂ, ਸਾਡੇ ਤੋਂ ਪਹਿਲਾਂ ਫਸਟ ਨੂੰ ਸੱਦੇ ਹੁੰਦੇ ਸੀਗੇ, ਉਦੋਂ ਇਹ ਜ਼ਮਾਨਾ ਢੱਟ ਸਾਹਿਬ ਨੇ ਸਿਖਾ ਦਿੱਤਾ ਵੀ ਇੱਦਾਂ ਹੁੰਦਾ। ਚਲੋ ਸੈਕਿੰਡ ਰਨਰ ਅਪ 16 ਮੁਟਿਆਰਾਂ ਦੇ ਵਿੱਚੋਂ ਆਪਣੀ ਅਲੱਗ ਛਾਪ ਜਿਹਨੇ ਛੱਡੀ ਅੱਜ, ਭਾਜੀ ਐਨਕਾਂ ਤੋਂ ਬਿਨਾਂ ਕਿੱਥੇ ਜੀਦਾ, ਇਸ ਉਮਰ 'ਚ ਐਨਕਾਂ ਮੇਰੀਆਂ, ਇਹ ਢੱਟ ਸਾਹਿਬ ਹੀ ਆ, ਇਹਨਾਂ ਦੇ ਮੋਢੇ ਨਾਲ ਹੱਥ ਲਾ ਲਈਦਾ, ਮੈਂ ਕਹਿੰਦਾ ਭਾਜੀ ਲੈ ਚੱਲ ਜਿੱਥੇ ਜਾਣਾ। ਗੁਰਲੀਨ ਢਿੱਲੋਂ, ਔਰ ਸਾਡੇ ਜੱਜ ਸਾਹਿਬਾਨਾਂ ਨੂੰ ਮੈਂ ਕਹਾਂਗਾ ਕਿ ਪਲੀਜ਼ ਤੁਸੀਂ ਅੱਗੇ ਆ ਕੇ ਇਹਨਾਂ ਨੂੰ, ਸਾਰੇ ਜਿੰਨੇ ਜੱਜ ਸਾਹਿਬਾਨ ਸੀਗੇ, ਹੁਣ ਤੁਹਾਡੀ ਡਿਊਟੀ ਬਣਦੀ ਹੈ ਜੀ, ਤੁਸੀਂ ਅੱਗੇ ਆ ਕੇ, ਹਾਂਜੀ ਹਾਂ ਜੱਜ ਜੀ, ਇੱਕ ਸਾਡੇ ਕੈਨੇਡੀਅਨ ਜੱਜ ਆ ਗਏ, ਇੱਕ ਸਾਡੇ ਪਾਇਲਟ ਜੱਜ ਜਿਹੜੇ ਉੱਥੇ ਬੈਠੇ ਸੀ। ਅਤੇ ਹੁਣ ਵਾਰੀ ਆਏ ਜੀ ਜਿਹਨੇ ਇਸ ਮੁਕਾਬਲੇ ਦੇ ਵਿੱਚ ਬਹੁਤ ਮਿਹਨਤ ਕਰਕੇ ਆਪਣੇ ਆਪ ਨੂੰ ਪਹਿਲੇ ਨੰਬਰ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਅਤੇ ਜੱਜਾਂ ਨੇ, ਉਹਨਾਂ ਨੇ ਕਿਹਾ ਵਾਕਈ ਸਾਰੀਆਂ ਲੜਕੀਆਂ ਵੈਸੇ ਪਹਿਲੇ ਨੰਬਰ 'ਤੇ ਸੀ, ਬੜਾ ਸਖਤ ਮੁਕਾਬਲਾ ਸੀਗਾ, ਪਰ ਫਿਰ ਵੀ ਕੋਈ ਨੀਚ ਥੋੜ੍ਹਾ ਬਹੁਤਾ ਰਹਿ ਗਿਆ ਹੋਵੇ ਕੰਮ ਛੋਟਾ ਮੋਟਾ। ਅਤੇ ਸੈਕਿੰਡ ਨੰਬਰ 'ਤੇ ਜਿਹੜੀ ਅੱਜ ਦੀ ਮੁਟਿਆਰ ਹੈ ਉਹ ਆ ਜੀ, ਜਿੱਥੇ ਮੈਨੂੰ ਬਹੁਤ ਲੋਕੀ ਪਿਆਰ ਕਰਦੇ ਆ, ਮੇਰੇ ਟੈਲੀਵਿਜ਼ਨ ਨੂੰ ਬਹੁਤ ਦੇਖਦੇ ਆ, ਇੱਥੇ ਨਾਲੋਂ ਜ਼ਿਆਦਾ ਉੱਧਰ ਦੇਖਦੇ, ਵੈਨਕੂਵਰ ਤੋਂ ਸਿਮਰਨ ਸੰਧੂ, ਸਿਮਰਨ ਸੰਧੂ ਇਹਨਾਂ ਨੂੰ ਵੀ ਸਾਡੇ ਸਾਰੇ ਜੱਜਾ ਸਮਾਨ ਲਾਗੇ ਆ ਜਾਣ। ਰਮਨ ਜੀ ਤੁਸੀਂ ਵੀ ਪਲੀਜ਼, ਕਿਉਂਕਿ ਤੁਸੀਂ ਵੀ, ਸ਼ਰਧਾ ਜੀ ਪਲੀਜ਼ ਉਹਨਾਂ ਨੂੰ ਖਿਤਾਬ ਦਿਓ। ਅਤੇ ਹੁਣ ਹੁਣ ਵਾਲਾ ਚੱਕਰ ਤੁਹਾਨੂੰ ਪਤਾ ਹੋਣਾ ਮੇਰੇ ਨਾਲ ਜ਼ਿਆਦਾ ਬੈਟਰ, ਹੁਣ ਤੁਸੀਂ ਦੱਸਣਾ ਜੀ, ਮੈਨੂੰ ਤਾਂ ਮੈਂ ਇਹਨਾਂ ਨੇ ਹੁਣ ਪੜਾਇਆ ਢੱਟ ਸਾਹਿਬ ਨੇ, ਪਹਿਲਾਂ ਮੈਨੂੰ ਕਹਿੰਦੇ ਸਟੇਜ 'ਤੇ ਨਹੀਂ ਆਉਣਾ ਤੂੰ, ਬਾਕੀ ਉਹ ਟੋਨੀ ਭੰਗੂ ਸਾਹਿਬ ਪਿੱਛੇ ਆ, ਰੋਨੀ ਹੁਣੀ ਉੱਥੋਂ ਬਹਿ ਕੇ ਹੀ ਦੇਖ ਰਿਹਾ ਸੀ ਮੁਕਾਬਲਾ, ਇਹਨਾਂ ਨੂੰ ਜ਼ਿਆਦਾ ਪਤਾ ਹੋਣਾ ਵੀ ਫਸਟ ਕਿਹਨੇ ਆਉਣਾ ਅੱਜ। ਹਾਂ ਨੀਲੀ ਬਾਰ ਵਾਲੇ ਸੋਨੂੰ ਭਾਅ ਜੀ ਤੁਹਾਡੀ ਲਾਤੀ ਗੈਰ ਹਾਜ਼ਰੀ, ਅਤੇ ਸੂਟ ਤੁਹਾਡਾ ਹਾਜ਼ਰ ਕਰਵਾਤਾ, ਆਹ ਲੜਕੀ ਨੂੰ ਹੈਂਡਲ ਕਰ ਦਿੱਤਾ, ਤੁਹਾਡਾ ਜਿਹੜਾ ਤੋਹਫਾ ਆਇਆ ਸੀਗਾ ਨੀਲੀ ਬਾਰ ਲੁਧਿਆਣੇ ਤੋਂ ਉਹ ਇਹਨਾਂ ਨੂੰ ਅਸੀਂ ਦੇ ਦਿੱਤਾ, ਅਸੀਂ ਰੱਖਿਆ ਨਹੀਂ ਕੋਲ, ਬਹੁਤ ਮੰਗਦੇ ਸੀ ਮੇਰੇ ਕੋਲ, ਕਹਿੰਦੇ ਵੇਚਣਾ ਕਿੰਨੇ ਦਾ, ਮੈਂ ਕਿਹਾ ਨਹੀਂ ਜੀ ਇਹ ਸਪੋਂਸਰ ਹੈ, ਤੀਆਂ 'ਚ ਬਹੁਤ ਸਪੋਂਸਰ ਹੁੰਦੇ ਸਾਡੇ, ਨੀਲੀ ਬਾਰ ਵਾਲੇ ਸਪੋਂਸਰ ਹੀ ਆ, ਕਿਉਂਕਿ ਮੈਂ ਆਪਣਾ ਸੌਦਾ ਵੀ ਨਾਲ ਵੇਚਦਾ ਨਾ। ਅਤੇ ਹੁਣ ਦੱਸੋ ਜੀ, ਹੁਣ ਤੁਸੀਂ ਦੱਸੋ ਫਾਈਨਲ ਕੌਣ ਹੈ, ਨਹੀਂ ਜੀ ਮੈਨੂੰ ਨਹੀਂ ਪਤਾ, ਉਹ ਤਾਂ ਸ਼ਾਂਤੀ ਆ ਉੱਥੇ, ਜੇ ਉਹ ਬੁੱਧ ਭਾਜੀ ਤੁਹਾਨੂੰ ਵੀ ਐਨਕਾਂ ਚਾਹੀਦੀਆਂ ਕਿ ਦੱਸ ਦੋਗੇ ਵਿਨਰ ਕੌਣ, ਦੇਖ ਲਓ ਕੱਲ੍ਹ ਨੂੰ ਆਪਾਂ ਤੁਹਾਡੇ ਕੋਲ ਜਾਣਾ ਡਿਨਰ ਆ। ਰਣਜੀਤ ਭਾਜੀ ਤੁਸੀਂ ਥੋੜ੍ਹਾ ਬਹੁਤ ਦੱਸੋ, ਦੇਖਿਆ ਸ਼ੋਅ ਨੂੰ, ਕੋਈ ਬੋਲ ਹੀ ਨਹੀਂ ਰਿਹਾ, ਕੁੜੀਓ ਤੁਸੀਂ ਦੱਸ ਦਿਓ, ਨਹੀਂ ਕੁੜੀਆਂ ਹੀ ਦੱਸਣਗੀਆਂ, ਹਾਂ ਚਲੋ ਦੱਸੋ, ਗਗਨਦੀਪ ਫਰੋਮ ਟੋਰਾਂਟੋ, ਕਿਆ ਬਾਤ, ਸਭ ਤੋਂ ਵੱਡਾ ਕੰਪੀਟੀਸ਼ਨ ਦੇਖੋ ਮੁਕਾਬਲੇ 'ਚ ਕੁੜੀਆਂ ਜਿਹੜੀਆਂ ਨੇ ਉਹਨਾਂ ਨੇ ਉਹਨੂੰ ਅਨਾਊਂਸ ਕੀਤਾ, ਦੇਖੋ ਮੁਕਾਬਲੇ ਦੇ ਵਿੱਚ ਜਿਹੜੇ ਕੰਪੀਟੀਟਰ ਸੀ ਉਹਨਾਂ ਨੇ ਹੀ ਉਹਨੂੰ ਅਨਾਊਂਸ ਕੀਤਾ, ਇਹਦਾ ਮਤਲਬ ਸਹੀ ਡਿਸੀਜਨ
सही परख तुहाडी ते जजां दी सीगी। खुश हो लड़कियों, क्या बात। गगन बहुत बहुत मुबारक, सारे जज साहबान, मोनी जी तुसी भी लागे आ जाओ, और बहुत बहुत धन्यवाद सारे स्पोंसर का, मिराज बैंकुट हॉल के खाने का, क्योंकि हाले असी 10-15 ने खाना है। तो उस तो बाद एक कुड़ी हुण कैनेडा नू रीप्रजेंट करेगी गगन, और असी जित के लिया फिर लो जी। टट साहब का फैसला मैनू नहीं पता, टट साहब दसो अज दे इस मुकाबले च मेरे हिसाब नाल सारियां बच्चियां जेतू ने। जेकर परमात्मा मैनू इन्ना धन दौलत देवे, मैं इन्हां सारियां बच्चियां नू सोने नाल लद दिया। सो सारियां बच्चियां नू मेरे नाल बहुत प्यार सत्कार, ये मेरे लिए सारियां सूफिया ने, सारियां जितियां ने, कोई नहीं हारी, सारियां सीख के जा रही हैं। और ये बाकी मेरे बच्चे ने इन जिथे जिथे भी रोल है, एक्टिंग की है, किसी ने वीडियो चाहना, मैं हाजिर बैठा। गुरसेवक जी हरभजन मान जी को कहोंगे और सारे मौका देवे, भाजी खड़े ने फिल्मों के प्ले कर दिए ने, जो गा सकती ने उन्होंने सिंगिंग वाले पास सारे असी अगे लैके जाए, साढ़े लिए सारिया विनर्स ने। और मैं अज की डेट च अपने अनाउंस करता भी जो पहलिया तीन विनर्स ने वह तो मिस वर्ल्ड पंजाबन अपने अपने शहरों रिप्रजेंट करनगियां ही, पर उस तो बाद भी जिहड़ियां असी सोचांगे जदों असी वर्ल्ड कर एंट्री हुई, जिहड़ियां उस तो नैक्सट जिहड़े ने एक दो लड़कियां होर वध तो वध असी मिस वर्ल्ड पंजाबन दे विच इन्हां लड़कियां चों ही लैके जावांगे। और सब तो वधिया वध जिहड़ी रिप्रजेंटेशन होगी अज की मिस कनेडा की मिस वर्ल्ड पंजाबन च होगी। सारिआं नूं बहुत बहुत मुबारक। हुण अज की जेतू मिस कनेडा पंजाबन अपने विचार, अपना अनुभव, अपनी जित ते जो इस नूं खुशी महसूस हो रही है वह तुहाडे सामने दसेगी, और इस जित लई वह शेरा जिहड़ा वह किस नूं दिंदी है असी इहदे मूँह तों सुनना चाहांगे। मेरे वालों इत्थे बैठे सारे दर्शकों ते जजिज नूं प्यार भरी सत श्री अकाल। अज इस मुकाम ते जे मैं पहुंची हाँ तो मेरे फादर साहब सरदार तरसपाल सिंह जी का हाथ करके मैं इत्थे पहुंची हाँ। दो लाइना कहांगी, एक दिल दा ख्वाब अधूरा सी, बापू तेरी रीझ पगौनी है, मैं तेरे सिर ते ऐश बहुत कीती, तेनू ऐश करौनी है, तेनू ऐश करौनी है। धन्यवाद, थैंक यू। और जिवें ढाट साहब ने, हाँ जी हाँ जी हाँ जी ढाट साहब, हाँ तुहाडा काम हो गया, साडा थोड़े देर रहिंदा, क्योंकि इन्होंने सारिया लड़कियों नूं होर खूबसूरत बनाउण दे विच एक योगदान सीगा जी, पूजा शर्मा होरां दा, जिन्होंने सारिआं नूं मेकअप किया, एक कोई कतार दे विच समझ के कोई उन्होंने यह नहीं कि किने की बनना। मैं वो पूजा जी नूं धन्नवाद करांगा, जरूर स्टेज पर आउण ते अपना सन्मान पत्र लैण। और दूसरी गल जिहड़ी जिवें ढट साहब ने कहा कि ये तिन्ने मुटियारां जदों मिस वर्ल्ड होना कैनेडा नूं रीप्रजेंट करनगियां, सारियां बराबर ने, पर जिहड़ियां बाकी भी ने उन्हां नूं मैं पूजा जी धन्नवाद। और लड़कियां इन्नियां हैप्पी ने, तुहाडे आप मेकअप किया नहीं तुसे, आप तुसी वैसे ही खूबसूरत हो, थैंक यू, क्योंकि उन्होंने बिजी रहे। ताड़ियां मारो भी कुड़ियो, मैडम कहते मिस वर्ल्ड पे जाऊं ना फ्री करांगी सारे दा, ने हुण भी फ्री किया, उन्होंने कहा पैसे लाए तुसी लाए कल्ले मेरे तो ने, थैंक यू जी, सारा मजाक चलता रहिंदा। और बहुत बहुत धन्यवाद पूजा जी तुहाडा, और परमात्मा तुहाडे बिजनेस नूं होर चार चंद लावे, है ना। और जिन्नियां भी साडियां भैणां बैठियां जे कदी किसे व्याह शादी ते मेकअप करवाउणा, पूजा जी दा नंबर साडे को जदों मर्जी लै लिओ। और इस दे नाल नाल टट साहब, मैं तुसी तां अपना रिजल्ट लै लिया कि तीन लड़कियां आपां जिहड़ियां ने उह फाइनल च आ सकदियां, पर मैं दूजियां नूं भी बेनती करांगा, मेहनत करो, एक साल हैगा अपने कोल, और हर कोल हक हैगा दोबारा भी हिस्सा लैण दा। ਬਈ ਸਾਡੀ ਟੀਮ ਦੇ ਕੁਝ ਮੈਂਬਰ ਮੈਂ ਭੁੱਲ ਗਿਆ ਜਿਨ੍ਹਾਂ ਨੇ ਬੜਾ ਕੰਮ ਕੀਤਾ, ਸਮੀਤ, ਏਕਤਾ, ਜਗਰਾਜ ਹੁਰੀ, ਜਸ ਹੁਰੀ, ਜਿੱਥੇ ਵੀ ਉਹ ਵੀ ਆਉਣ ਆਪਣੀ ਸਾਰੀ ਵਿਨਰ ਲੜਕੀਆਂ ਦੇ ਨਾਲ, ਤਾਂ ਆਪਾਂ ਸਾਰੇ ਜਣੇ ਤਸਵੀਰ ਖਿਚਾਉਂਦੇ ਹਾਂ। ਬਤਨੋ ਦੂਰ ਦੀ ਟੀਮ ਦੇ ਸਾਰੇ ਮੈਂਬਰ, ਕਿਆ ਬਾਤ, ਇੰਡੀਆ ਟੇਸਟ ਵੱਲੋਂ ਜੀ ਜਿੰਨੀਆਂ ਲੜਕੀਆਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਇਹ ਖੁੱਲ੍ਹਾ ਸੱਦਾ, ਮਤਲਬ ਉਹ ਜਦੋਂ ਮਰਜ਼ੀ ਜਾ ਕੇ ਇੰਡੀਆ ਟੇਸਟ ਦੀਆਂ ਤਿੰਨ ਲੋਕੇਸ਼ਨਾਂ ਆ, ਲੰਚ, ਡਿਨਰ, ਬਫੇ, ਜੋ ਮਰਜ਼ੀ ਖਾ ਸਕਦੀਆਂ,
ਖਾਓ ਭਾਰ ਵਧਾਓ। ਤੇ ਹੁਣ ਮੈਂ ਆਪਣੇ ਵਤਨ ਦੂਰ ਦੀ ਟੀਮ ਨੂੰ ਸਾਰੀ ਨੂੰ ਬੇਨਤੀ ਕਰੂੰਗਾ ਜੀ ਪਲੀਜ਼ ਸਟੇਜ ਤੇ ਆ ਜਾਓ, ਇੱਕ ਤਸਵੀਰ ਹੋ ਜਾਏ ਵਤਨ ਦੂਰ ਦੀ ਟੀਮ ਦੀ, ਸਾਰੇ ਜਿਹੜਾ ਜਿਹੜਾ ਸਮਝਦਾ, ਮੈਂ ਨਾਂ ਨਹੀਂ ਲੈਣੇ ਹੁਣ ਕਿਸੇ ਕਿਸੇ ਦਾ, ਜਿਹੜਾ ਸਮਝਦਾ ਮੈਂ ਵਤਨੋਂ ਦੂਰ ਦਾ ਮੈਂਬਰ ਹਾਂ ਨਾ, ਉਹ ਸਟੇਜ ਤੇ ਆ ਜਾਵੇ, ਹੈ ਨਾ। ਹੁਣ ਦੇਖ ਲੂੰਗਾ ਮੈਂ ਕਿਹੜਾ ਕਿਹੜਾ ਵਤਨੋਂ ਦੂਰ ਦਾ ਮੈਂਬਰ ਹੈ, ਹੈ ਨਾ। ਨਾਮ ਤੇ ਫਿਰ ਕਹਿੰਦਾ ਮੈਨੂੰ ਨਹੀਂ ਸੱਦਿਆ, ਮੈਨੂੰ ਨਹੀਂ ਸੱਦਿਆ, ਉਹ ਜਿਹੜਾ ਵਤਨੋਂ ਦੂਰ ਆ, ਜਿਹੜਾ ਵਤਨੋਂ ਦੂਰ ਦਾ ਮੈਂਬਰ ਆ, ਉਹ ਸਟੇਜ ਤੇ ਆ ਜਾਵੇ। ਗਾਣੇ ਲਾਉਣੇ ਆ ਜੀ ਤੁਹਾਡੇ ਲਈ। ਉਹ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ। ਤੇ ਮੋਹਣੀ ਜੀ ਕਹਿੰਦੇ ਮਾਈਕ ਫੜਾ ਦੇ ਮੈਨੂੰ ਤੂੰ। ਠੀਕ ਹੋ ਗਿਆ ਜੀ, ਧੰਨਵਾਦ।